ਅਸੀਂ ਵੀ ਵੇਖ ਰਹੇ ਹਾਂ, ਅਖਬਾਰਾਂ 'ਚ ਵੀ ਆ ਰਿਹਾ ਅਤੇ ਤੁਹਾਡੇ ਚੈਨਲਾਂ 'ਤੇ ਵੀ ਆ ਰਿਹਾ ਵੀ ਬਹੁਤ ਤਕੜੇ ਪੱਧਰ 'ਤੇ ਬੈਰੀਕੇਡਿੰਗ ਸਰਕਾਰ ਨੇ ਕੀਤੀ ਹੈ, ਅਸੀਂ ਇਹਦੀ ਨਿੰਦਿਆ ਕਰਦੇ ਹਾਂ। ਇਹ ਸਰਕਾਰ ਨੂੰ ਕੰਮ ਜਿਹੜਾ ਹੈ ਇਹ ਨਹੀਂ ਕਰਨਾ ਚਾਹੀਦਾ, ਇਹ ਗਲਤ ਹੈ। ਇਹ ਸਰਕਾਰਾਂ ਚੁਣਦੇ ਕਾਹਦੇ ਲਈ? ਆਪਾਂ ਸਰਕਾਰਾਂ ਆਪਾਂ ਇਸ ਕਰਕੇ ਚੁਣਦੇ ਹਾਂ ਵੀ ਲੋਕ ਗੱਲ ਕਰਨ ਆਪਣੀ, ਲੋਕਾਂ ਦੇ ਮਸਲੇ ਹੱਲ ਕਰਨ। ਅਤੇ ਜੇ ਲੋਕ ਮਸਲੇ ਆਪਣੇ ਹੱਲ ਕਰਾਉਣ ਵਾਸਤੇ, ਗੱਲ ਕਰਨ ਵਾਸਤੇ ਅਗਰ ਜਾਣਾ ਚਾਹੁੰਦੇ ਨੇ ਅਤੇ ਐਡੀ ਐਡੀ ਬੈਰੀਕੇਡਿੰਗ ਕਰਕੇ ਉਹਨਾਂ ਨੂੰ ਰੋਕਿਆ ਜਾ ਰਿਹਾ, ਇਹ ਗਲਤ ਆ ਗੱਲ। ਇਹ ਲੋਕਤੰਤਰ ਥੋੜ੍ਹੋ ਹੈ, ਲੋਕਤੰਤਰ ਨਹੀਂ ਆਪਾਂ ਇਹਨੂੰ ਕਹਿ ਸਕਦੇ, ਹੈ ਨਾ। ਇਹਦੇ ਧੱਕਾ ਤੰਤਰ ਹੋ ਰਿਹਾ, ਇੱਕ ਧੱਕਾ ਕਰਨ ਵਗੈਰਾ ਲੰਘਣਾ ਨਹੀਂ ਦੇਣਾ, ਇਹ ਗੱਲ ਹੀ ਨਹੀਂ ਕਰਨ ਦੇਣੀ। ਇਸ ਕਰਕੇ ਇਹ ਸਰਕਾਰ ਦੀ ਬਹੁਤ ਵੱਡੀ ਗਲਤੀ ਹੈ। ਅਸੀਂ ਬੇਸ਼ੱਕ ਸਾਡੇ ਵਾਲੇ ਗਰੁੱਪ ਦਾ ਫੈਸਲਾ ਨਹੀਂ ਹੈਗਾ ਜੀ, ਹੈ ਨਾ, ਮੈਂ ਇਹਦੇ 'ਤੇ ਵੀ ਯਤਨ ਕਰਦਾ ਰਿਹਾ ਜੀ। ਮੈਂ ਤੁਹਾਨੂੰ ਕਲੀਅਰ ਗੱਲ ਕਰ ਦਿੰਦਾ, ਤੁਹਾਡੇ ਚੈਨਲਾਂ ਦੇ ਰਾਹੀਂ ਮੇਰੀ ਥੋੜ੍ਹੇ ਦਿਨ ਹੁਣ ਡੱਲੇਵਾਲ ਜੀ ਨਾਲ ਗੱਲ ਵੀ ਹੋਈ ਸੀ ਵੀ ਡੱਲੇਵਾਲ ਸਾਹਿਬ ਇੱਕ ਵਾਰ ਖੁੱਲ੍ਹਾ ਸੱਦਾ ਸਾਰਿਆਂ ਨੂੰ, ਟੋਟਲ ਜੋ ਐਂ ਫਰਾਕ ਦਿੱਲੀ ਦੇ ਨਾਲ ਵੀ ਸਾਰੇ ਆਓ ਚੱਲੀਏ ਯਾਰ, ਵੀ ਪਹਿਲਾਂ ਜਿਵੇਂ ਗਏ ਸਾਂ ਉਸ ਤਰ੍ਹਾਂ ਜਾ ਕੇ ਆਪਾਂ ਸਾਰੇ ਅਤੇ ਆਪਣੀਆਂ ਜਿਹੜੇ ਮਸਲੇ ਰਹਿ ਗਏ ਨੂੰ ਹੱਲ ਕਰਾਈਏ, ਕਿਉਂਕਿ ਸਾਂਝੀਏ ਮੰਗਾਂ ਨੇ ਸਾਰੀਆਂ ਹੀ, ਉਹੀ ਮੰਗਾਂ ਨੇ ਉਹਨਾਂ ਕੋਲ, ਉਹੀ ਸਾਡੇ ਕੋਲ ਮੰਗਾਂ ਇੱਕੋ ਹੀ ਨੇ। ਅਤੇ ਉਹਦੇ ਨਾਲ ਇਹ ਵੀ ਗੱਲ ਕਹਿ ਦਿਓ ਵੀ ਜੇ ਕਿਸੇ ਨੂੰ ਕੋਈ ਤਰੀਕ ਦੇ ਉੱਤੇ ਹੋਵੇ ਵੀ ਅਸੀਂ ਤਰੀਕ ਰੱਖ ਕੇ ਤੁਹਾਨੂੰ ਕਹਿਣ ਡਏ ਹਾਂ ਅਤੇ ਕਹਿ ਦਿਓ ਕੋਈ ਗੱਲ ਨਹੀਂ, ਤਰੀਕ ਅੱਗੇ ਪਿੱਛੇ ਕੀਤੀ ਜਾ ਸਕਦੀ, ਥੋੜ੍ਹਾ ਘਣਾ ਕੰਮ ਸ਼ਾ ਕਰ ਲਾਂਗੇ, ਪਰ ਚੱਲੀਏ ਸਾਰੇ। ਮੈਂ ਅੱਜ ਵੀ ਇਹ ਗੱਲ ਕਹਿੰਦਾ ਕਿ ਸਾਰੇ ਜਾਈਏ, ਫਿਰ ਮਸਲੇ ਜਿਹੜੇ ਆਪਣੇ ਰਹਿੰਦੇ ਨੇ ਉਹ ਤਾਂ ਹੱਲ ਹੋਣਗੇ, ਨਹੀਂ ਤਾਂ ਵਰਨਾ ਸਰਕਾਰਾਂ ਚਾਹੁੰਦੀਆਂ ਨੇ ਕਿ ਖਿਲਰੀਆਂ ਰਹਿ ਜਥੇਬੰਦੀਆਂ ਅਤੇ ਨਹੀਂ ਉਹਦੇ ਵਿੱਚ ਇਸ ਤਰ੍ਹਾਂ ਇਹ ਜੀ। ਅੱਜ ਤੋਂ 2 ਮਹੀਨੇ ਪਹਿਲਾਂ ਅਸੀਂ ਕਮੇਟੀਆਂ ਬਣਾਈਆਂ ਸੀਗੀਆਂ, ਬਲਕਿ 3 ਕਮੇਟੀਆਂ ਬਣਾਈਆਂ ਸੀ, ਜਿਹਦੇ 'ਚੋਂ 1 ਕਮੇਟੀ ਦੇ ਵਿੱਚ ਹਰ ਕਮੇਟੀ 4 ਜਾਂ 5 ਮੈਂਬਰ ਸੀਗੇ। 1 ਕਮੇਟੀ ਸੀ ਜਿਹਨਾਂ ਨੇ ਰਾਜੇਵਾਲ ਨਾਲ ਗੱਲ ਕਰਨੀ ਸੀ, 1 ਕਮੇਟੀ ਸੀ ਜਿਹਨਾਂ ਨੇ ਪੰਨੂ, ਮੈਂ ਸਾਂ ਸੀ ਡੱਲੇਵਾਲ ਹੋਰਾਂ ਨਾਲ ਗੱਲ ਕਰਨੀ। ਪੰਨੂ ਭੰਡੇਰਾ ਨਾਲ ਵੀ ਗੱਲ ਸਾਡੀ ਹੋਈ ਉੱਥੇ ਲਖਵਾਲ ਦੇ ਦਫ਼ਤਰ 'ਚ, ਰਾਜੇਵਾਲ ਵਾਲਾ ਮਸਲਾ ਉਹ ਸਿਰੇ ਚੜ ਗਿਆ। ਇਹਨਾਂ ਨਾਲ ਗੱਲ ਹੁੰਦੀ ਰਹੀ ਹੈ ਫੋਨ 'ਤੇ ਮੇਰੀ, ਸਾਡੇ ਦੂਜੇ ਸਾਥੀ ਜਿਹੜੇ ਨੇ ਸਤਰਾਮ ਸਾਨੀ ਹੋਰੀ ਉਹਨਾਂ ਨਾਲ ਵੀ ਗੱਲ ਹੋਈ ਹੈ। ਅਤੇ ਇਹਨਾਂ ਇਹ ਜ਼ਿਆਦਾ ਰੁਝੇਵਿਆਂ ਸਨ, ਜਾਂ ਬਿਜੀ ਲਾ ਲਓ ਤੁਸੀਂ, ਇਹ ਬਿਜੀ ਸੀਗੇ ਜ਼ਿਆਦਾ। ਮੇਰੀ ਕਈ ਵਾਰ ਗੱਲ ਹੋਈ, ਕਦੀ ਮੁਕਤਸਰ ਹੁੰਦੇ ਹਨ, ਕਦੀ ਹੋਰ ਕਿਤੇ ਪਾਸੇ, ਸਾਡਾ ਮਤਲਬ ਬੈਠੇ ਨਹੀਂ ਗਿਆ ਸਾਡੇ ਤੋਂ, ਇਕੱਠਿਆਂ ਹੋ ਕੇ ਅਤੇ ਨਾ ਬਹਿਣ ਕਰਕੇ ਇਹ ਗੱਲ ਜਿਹੜੀ ਕਿਸੇ ਕੰਡੇ 'ਤੇ ਲੱਗੀ ਨਹੀਂ। ਕੁਛ ਕੰਡੀਸ਼ਨਾਂ ਵੀ ਸਨ ਵੀ ਇਸ ਤਰ੍ਹਾਂ ਕਰਕੇ ਐਂ ਕਰਕੇ ਫਲਾਣੇ ਨਾਲ ਐਂ ਹੋ ਸਕਦਾ, ਦੂਜੇ ਨਾਲ ਐਂ ਹੋ ਸਕਦਾ, ਜਿਹੜੀਆਂ ਮੈਂ ਗੱਲਾਂ ਤੁਹਾਨੂੰ ਨਹੀਂ ਦੱਸ ਸਕਦਾ, ਉਹ ਸਾਡੀਆਂ ਬਹਿ ਕੇ ਗੱਲਾਂ ਕਰਨ ਵਾਲੀਆਂ ਸੀ ਸਾਰੀਆਂ। ਉਹ ਨਾ ਚੜ੍ਹਨ ਕਰਕੇ ਸਿਰੇ ਲਟਕੀ ਗਿਆ ਕੰਮ, ਇਹਨਾਂ ਚਿਰ ਨੂੰ ਇਹਨਾਂ ਨੇ ਐਲਾਨ ਕਰ ਦਿੱਤਾ। ਐਲਾਨ ਤੋਂ ਬਾਅਦ ਮੇਰੀ ਗੱਲ ਹੋਈ ਹੈ ਇਹਨਾਂ ਨਾਲ, ਭਾਈ ਤੁਸੀਂ ਅਜੇ ਵੀ ਇੱਕ ਤਾਂ ਸੱਦਾ ਦਿਓ ਖੁੱਲ੍ਹਾ, ਜਿਹਦੇ ਘਰ ਵਿਆਹ ਹੁੰਦਾ ਸੱਦਾ ਉਹੀ ਦਿੰਦਾ ਹੁੰਦਾ, ਤੁਸੀਂ ਪ੍ਰੋਗਰਾਮ ਰੱਖਿਆ, ਤੁਸੀਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿਓ ਅਤੇ ਉਹਦੇ ਵਿੱਚ ਇਹ ਵੀ ਗੱਲ ਕਰ ਦਿਓ ਕਿ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੋਵੇ ਤੇ ਡੇਟ ਦਾ ਵੀ ਤਰੀਕ ਰੱਖ ਕੇ ਸਾਨੂੰ ਇਹਨਾਂ ਨੇ ਇਹ ਸਾਡੇ ਨਾਲ ਗੱਲ ਕਰਨਾ ਜੀ, ਕਹਿੰਦੇ ਅੱਗੇ ਪਿੱਛੇ ਕਰ ਲਾਂਗੇ ਤੁਹਾਡੀ। ਕਿਸਾਨ ਜਥੇਬੰਦੀਆਂ ਦਾ ਇੱਕ ਹੀ ਹੈ ਜੀ, ਮਾੜੀ ਮੋਟੀ ਕਈ ਵਾਰ ਤੁਹਾਨੂੰ ਪਤਾ ਇੱਕ ਪਰਿਵਾਰ ਦੇ ਵਿੱਚ 4 ਮੈਂਬਰ ਜਾਂ 5 ਮੈਂਬਰ ਹੁੰਦੇ, ਕਈ ਵਾਰ ਉਹਨਾਂ ਦੇ ਨਹੀਂ ਗੱਲ, ਇਹ 37 ਜਥੇਬੰਦੀਆਂ ਨੇ ਜਿਹੜੀਆਂ ਸਾਡੇ ਵਾਲਾ ਗਰੁੱਪ ਹੈ ਇੱਕ ਜੀ, ਤੇ ਬਾਕੀ ਇਹਨਾਂ ਨਾਲ ਨੇ ਪਤਾ ਨਹੀਂ ਕਿੰਨੀਆਂ ਨੇ, 100 ਨੇ 50 ਨੇ ਜਿੰਨੀਆਂ ਵੀ ਹੈਗੀਆਂ ਨੇ ਜਥੇਬੰਦੀਆਂ, ਹੈ ਨਾ। ਉਹ 37 ਦਾ ਗਰੁੱਪ ਹੈ ਜਿਹੜਾ ਇੱਕ ਬੰਨੇ ਸੀ, ਉਹਨਾਂ ਨੇ ਫੈਸਲਾ ਕਰਿਆ ਸੀ ਅਸੀਂ ਵੀ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲੀਏ। ਔਰ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ, ਜਦੋਂ 2020 'ਚ ਕਾਨੂੰਨ ਆਈ ਉਦੋਂ ਵੀ ਅਸੀਂ ਇੱਥੋਂ ਹੀ ਲੱਗੇ ਸੀ, ਅੱਗੇ ਲੱਗ ਕੇ ਸੀ, ਉਦੋਂ ਵੀ ਬੜੀਆਂ ਔਕੜਾਂ ਆਈਆਂ ਹਨ। ਬਹੁਤ ਵੱਡੇ ਵੱਡੇ ਆਗੂਆਂ ਨੇ ਇਹ ਗੱਲ ਕਹਿਤੀ ਵੀ ਨਹੀਂ ਹੋ ਸਕਦਾ ਜੀ, ਐਂ ਹੋਊਗਾ ਹੋਊਗਾ, ਇਹ ਚੱਲ ਨਹੀਂ ਸਕਦੇ, ਪਰ ਉਹ ਕੁਦਰਤ ਦਾ ਕ੍ਰਿਸ਼ਮਾ ਸੀ, ਇੱਕ ਇਕੱਠੇ ਹੋ ਗਏ। ਹੁਣ ਵੀ ਇਕੱਠਿਆਂ ਹੋਇਆਂ ਹੀ ਮਸਲੇ ਹੱਲ ਹੋਣੇ ਨੇ, ਇਕੱਠਿਆਂ ਹੋਣਾ ਪੈਣਾ, ਇਕੱਠੇ ਹੋ ਕੇ ਚੱਲਾਂਗੇ ਤਾਂ ਗੱਲ ਬੰਨੀ ਹੈ। ਅਸੀਂ ਇਹਨਾਂ ਦਾ ਜਿਹੜਾ ਪ੍ਰੋਗਰਾਮ ਹਰਿਆਣਾ ਸਰਕਾਰ ਨੇ ਕੀਤਾ ਹੈ ਉਹਦੀ ਅਸੀਂ ਨਿੰਦਿਆ ਕਰਦੇ ਹਾਂ। ਇਹਨਾਂ ਨੂੰ ਐਡੇ ਐਡੇ ਬੈਰੀਕੇਡਿੰਗ ਨਹੀਂ ਕਰਨੇ ਚਾਹੀਦੇ, ਲੋਕਾਂ ਨੂੰ ਲੰਘਣ ਦੇਣਾ ਚਾਹੀਦਾ, ਸਰਕਾਰਾਂ ਦੀ ਮਾੜੀ ਸੋਚ ਹੈ। ਚਲੋ ਇਹਦਾ ਮੁਲਾਜ਼ਮ ਨੇ, ਇਹਨਾਂ ਤਾਂ ਸਰਕਾਰ ਦਾ ਹੁਕਮ ਵਜਾਉਣਾ, ਇਹਨਾਂ ਤਾਂ ਕੀ ਗਲਤੀ, ਸਰਕਾਰਾਂ ਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ, ਪਰ ਰਸਤੇ ਰੋਕਦੇ ਲੋਕਾਂ ਦੇ।